are watching Channel Y. Channel Y, a South Asian Canadian channel. ਉੱਥੋਂ ਦੇ ਸਥਾਨਕ ਇਕਾਈ ਨੂੰ ਖੁੱਲ ਦਿੱਤੀ ਆ। ਸਥਾਨਕ ਇਕਾਈ ਨੂੰ ਕਿਹਾ ਕਿ ਉੱਥੋਂ ਦੇ ਹਾਲਾਤਾਂ ਨੂੰ ਦੇਖ ਕੇ ਫੈਸਲਾ ਕਰਨ। ਅਕਾਲੀ ਹਮਦਰਦ, ਕਾਂਗਰਸ ਨੂੰ ਕੋਈ ਵੋਟ ਨਾ ਪਾਵੇ ਨਾ ਪਾਉਣ ਦਿੱਤੀ ਜਾਵੇ। ਜਿਹੜੀ ਹੈ ਸਾਡਾ ਆਮ ਆਦਮੀ ਪਾਰਟੀ ਨਾਲ ਕੋਈ ਤਲਕ ਨਹੀਂ। ਦਿੱਲੀ ਚੋਣਾਂ ਵਿੱਚ ਅਕਾਲੀ ਦਲ ਵੱਲੋਂ ਹਿੱਸਾ ਨਾ ਲੈਣਾ ਅਤੇ ਹੁਣ ਆਪਣੇ ਸਮਰਥਕਾਂ ਨੂੰ ਆਪਣੇ ਹਿਸਾਬ ਨਾਲ ਵੋਟ ਪਾਉਣ ਦੇ ਕੀਤੇ ਜਾ ਰਹੇ ਐਲਾਨਾਂ ਤੋਂ ਬਾਅਦ ਕਿਤੇ ਨਾ ਕਿਤੇ ਅਕਾਲੀ ਦਲ ਆਪ ਦੀ ਹਮਾਇਤ ਕਰਦਾ ਦਿਖਾਈ ਦੇ ਰਿਹਾ ਹੈ। ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵੱਲੋਂ ਦਿੱਤੇ ਬਿਆਨ ਤੋਂ ਇਹ ਕਿਆਸ ਹੋਰ ਤੇਜ਼ ਹੋ ਗਏ ਨੇ। ਸੰਗਰੂਰ ਪਹੁੰਚੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ ਦਿੱਲੀ ਦੀ ਇਕਾਈ ਨੂੰ ਸੰਦੇਸ਼ ਦੇ ਦਿੱਤਾ ਗਿਆ ਕਿ ਉਹ ਆਪਣੇ ਹਿਸਾਬ ਨਾਲ ਕਿਸੇ ਨੂੰ ਵੀ ਵੋਟ ਪਾ ਸਕਦੇ ਨੇ, ਲੇਕਿਨ ਕਾਂਗਰਸ ਨੂੰ ਕਿਸੇ ਦੀ ਕੀਮਤ 'ਤੇ ਉਹ ਵੋਟ ਨਾ ਦੇਣ, ਜਿਸ ਤੋਂ ਸਾਫ਼ ਹੋ ਗਿਆ ਕਿ ਕਾਂਗਰਸ ਨੂੰ ਉਹ ਵੋਟ ਨਹੀਂ ਦੇਣਗੇ ਅਤੇ ਭਾਜਪਾ ਨਾਲ ਉਹਨਾਂ ਦਾ ਨਾਤਾ ਪਹਿਲਾਂ ਹੀ ਖਟਾਸ ਵਿੱਚ ਹੈ ਅਤੇ ਪਿੱਛੇ ਬਚਿਆ ਆਮ ਆਦਮੀ ਪਾਰਟੀ ਨੂੰ ਹੁਣ ਇਸਦਾ ਫਾਇਦਾ ਹੋ ਸਕਦਾ ਹੈ। ਉੱਥੋਂ ਦੇ ਸਥਾਨਕ ਇਕਾਈ ਨੂੰ ਖੁੱਲ੍ਹ ਦਿੱਤੀ ਆ। ਸਥਾਨਕ ਇਕਾਈ ਨੂੰ ਕਿਹਾ ਕਿ ਉੱਥੋਂ ਦੇ ਹਾਲਾਤਾਂ ਨੂੰ ਦੇਖ ਕੇ ਫੈਸਲਾ ਕਰਨ, ਪਰ ਨਾਲ ਇਹ ਗੱਲ ਪੂਰੀ ਸਖਤੀ ਨਾਲ ਹਦਾਇਤਾਂ ਦਿੱਤੀਆਂ ਕਿ ਕਿਸੇ ਵੀ ਕੀਮਤ 'ਤੇ ਅਕਾਲੀ ਕਹਾਉਣ ਵਾਲਾ, ਅਕਾਲੀ ਹਮਦਰਦ, ਕਾਂਗਰਸ ਨੂੰ ਕੋਈ ਵੋਟ ਨਾ ਪਾਵੇ ਨਾ ਪਾਉਣ ਦਿੱਤੀ ਜਾਵੇ। ਉੱਥੇ ਹੀ ਜਦੋਂ ਇਸ ਸੰਬੰਧੀ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਕੀਤਾ ਗਿਆ ਤਾਂ ਉਹ ਇਸ ਸਵਾਲ ਦਾ ਜਵਾਬ ਗੋਲ ਮੋਲ ਦਿੰਦੇ ਵਿਖਾਈ ਦਿੱਤੇ। ਆਮ ਆਦਮੀ ਪਾਰਟੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਸਾਹਗਾਰ ਕਰ ਸਕਦੀ ਹੈ ਦਿੱਲੀ ਦੇ ਵਿੱਚ? ਮੈਂ ਕਿਹਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਇੱਕ ਪ੍ਰਿੰਸੀਪਲ ਤੇ ਖੜੀ ਹੈ। ਸ਼੍ਰੋਮਣੀ ਅਕਾਲੀ ਦਲ ਦਾ ਇੱਕ ਪ੍ਰਿੰਸੀਪਲ ਹੈ ਭਾਈਚਾਰਕ ਸਾਂਝ, ਸਾਰੇ ਧਰਮਾਂ ਦਾ ਸਤਿਕਾਰ। ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਸੀ, 10 ਸਾਲ ਰਹੇ ਹੈ। ਸਾਰੇ ਧਰਮਾਂ ਦੇ ਪਵਿੱਤਰ, ਭਾਵੇਂ ਮੁਸਲਮਾਨ ਭਾਈਚਾਰੇ ਦੀ ਈਦ ਹੁੰਦੀ, ਆਪ ਮਲੇਰਕੋਟਲੇ ਜਾਂਦੇ। ਦਿੱਲੀ ਚੋਣਾਂ ਵਿੱਚ ਜਿਸ ਤਰ੍ਹਾਂ ਅਕਾਲੀ ਅਤੇ ਭਾਜਪਾ ਵਿੱਚ ਖਟਾਸ ਆਈ ਹੈ, ਉਸ ਤੋਂ ਇੱਕ ਗੱਲ ਤਾਂ ਸਾਫ਼ ਹੈ ਕਿ ਦਿੱਲੀ ਚੋਣਾਂ ਵਿੱਚ ਅਕਾਲੀ ਸਮਰਥਕ ਭਾਜਪਾ ਨੂੰ ਆਪਣਾ ਵੋਟ ਨਹੀਂ ਦੇਣਗੇ, ਜਿਸ ਦਾ ਅਸਿੱਧੇ ਤੌਰ 'ਤੇ ਫਾਇਦਾ ਆਮ ਆਦਮੀ ਪਾਰਟੀ ਨੂੰ ਵਿਖਾਈ ਦਿੰਦਾ ਹੋਇਆ ਦੇ ਰਿਹਾ। ਬਿਊਰੋ ਰਿਪੋਰਟ, ਚੈਨਲ ਵਾਈ। ਯੂ ਆਰ ਵਾਚਿੰਗ ਚੈਨਲ ਵਾਈ, ਚੈਨਲ ਵਾਈ, ਅ ਸਾਊਥ ਏਸ਼ੀਅਨ ਕੈਨੇਡੀਅਨ ਚੈਨਲ।